ਲੋਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਿਨ ਹੈਗਾ ਜੀ ਐਤਵਾਰ ਅਤੇ ਤਰੀਕ ਹੈਗੀ ਆ 11 ਜੂਨ ਅਤੇ ਟਾਈਮ ਹੋ ਗਿਆ ਸ਼ਾਮ ਦੇ 6:30 ਅਤੇ ਅੱਜ ਆਪਾਂ ਜੀ ਘਰ ਸੰਡੇ ਮੈਡਮ ਬੈਠੇ ਆਰਾਮ ਨਾਲ। ਦੇਖੋ ਜੀ ਸਹਿਜਪ੍ਰੀਤ ਸਿੰਘ ਜੀ ਨੂੰ ਹੋ ਚੁੱਕੀਆਂ ਛੁੱਟੀਆਂ, ਅੱਧੀਆਂ ਛੁੱਟੀਆਂ ਲੰਘ ਗਈਆਂ, ਇਹ ਕੰਮ ਬੱਚੇ ਕੇ ਬਿਜੀ। ਸਹਿਜਪ੍ਰੀਤ ਸਿੰਘ ਜੀ ਕਿੰਨਾ ਕਰਾਇਆ ਕੰਮ ਤੁਹਾਡਾ? ਹਜੇ ਜੀ ਨੇ ਸਾਰਾ ਕੰਮ ਆ ਆਹ ਹੈਲਪ ਕਰਾ ਰਹੀ ਆ ਕੁੜੀ ਨਾਲ ਬੈਠ ਕੇ, ਆਹ ਇਹਨੂੰ ਸਮਾਨ ਲਿਆ ਤਾ ਜੀ ਨੇ, ਕਾਫੀ ਕੁਛ ਬਣਾਉਣਾ ਹਜੇ। ਅਤੇ ਅੱਜ ਆਪਣੀ ਡਿਊਟੀ ਲੱਗੀ ਹੋਈ ਆ ਜੀ ਸਬਜ਼ੀ ਬਣਾਉਣ 'ਚ। ਅਤੇ ਆਪਾਂ ਬਣਾ ਰਹੇ ਹਾਂ ਕੱਟ ਕੇ ਕਰੇਲੇ ਆਪਾਂ ਲੈ ਲਏ ਜੀ ਤੜਕ ਮਾਰ ਕੇ ਐਨ, ਆ ਦੇਖੋ ਠੀਕ ਆ ਜੀ। ਅਤੇ ਇਹ ਪਿਆਜ਼ ਭੁੰਨ ਰਹੇ ਹਾਂ ਆਪਾਂ ਹੁਣ, ਪਿਆਜ਼ ਉਹ ਭੁੰਨਿਆ ਜਾਊਗਾ ਚੰਗੀ ਤਰ੍ਹਾਂ, ਫਿਰ ਆਪਾਂ ਕਰੇਲੇ ਬਣਾਵਾਂਗੇ ਜੀ ਠੀਕ ਆ ਜੀ। ਲਓ ਜੀ ਚੰਗੀ ਤਰ੍ਹਾਂ ਭੁੰਨਦੇ ਇਹਨਾਂ ਨੂੰ ਪੈਣ, ਇਹ ਬਲੌਗ ਆਪਾਂ ਕਾਫੀ ਚਿਰਾਂ ਬਾਅਦ ਰੈਡੀ ਕਰਨੇ ਜੀ। ਬਹੁਤ ਸਾਡੇ ਛੋਟੇ ਦੀ ਕੁੜੀ ਆ ਗਈ, ਉਹ ਦੇਖੋ ਮਹਿਕਪ੍ਰੀਤ ਕੌਰ ਬੀਬੀ, ਇਹ ਵੀ ਆਪਣੇ ਕੰਮ ਦੇ ਵਿੱਚ ਮਗਨ। ਕਿਉਂ ਭਾਈ ਹਾਂ ਕਿੰਨਾ ਕਰਿਆ ਤੇਰਾ ਕੰਮ ਅਜੇ? ਇਹਦਾ ਵੀ ਖਾਸਾ ਪਿਆ ਵਾ, ਅਤੇ ਛੁੱਟੀਆਂ ਛੁੱਟੀਆਂ ਅੱਧੀਆਂ ਨਾ ਗੀਆਂ, ਕਦੋਂ ਕੰਪਲੀਟ ਕਰੋਗੇ ਹੈਂ? ਕਦੋਂ ਪਹੁੰਚਾਉਣਾ? ਇਹ ਮਾਤਾ ਸ੍ਰੀ ਬੈਠੀ ਆਰਾਮ ਨਾਲ ਟਿੱਗੀ ਇਹਨਾਂ ਦੀ, ਯਾਰ ਐਂ ਵੀ ਕੰਮ ਕੁੰਮ ਕਰ ਲਈਏ, ਆਲਸੀ ਬੰਦੇ ਨਹਾ ਧੋ ਕੇ ਬੈਠੇ ਨੇ। ਲੈ ਬਿਮਾਰ ਆ ਜੀ, ਹੋਰ ਵੀ ਕੁਛ ਦੇਖ ਲਓ, ਆ ਬਿਮਾਰ ਵਾਲਾ ਚਿਹਰੇ ਦੀ ਦੇਣਾ, ਆ ਦੇਖੋ ਤਾਂ ਹੈ ਬਿਮਾਰ ਆ ਜੀ, ਆ ਦੇਖੋ ਜੀ ਉੱਧਰ ਹੈਲਪ ਲਈ ਜਾ ਰਹੀ ਆ ਗੂਗਲ ਦੀ, ਗੂਗਲ ਬਾਬੇ ਦੀ ਹੈਲਪ ਦੇ ਨਾਲ ਸਹਿਜਪ੍ਰੀਤ ਸਿੰਘ ਜੀ ਕਰ ਰਹੇ ਨੇ ਕੰਮ, ਉਧਰ ਉਹ ਵੀ ਛੁਟਕੀ ਵੀ ਲੱਗੀ ਪਈ ਆ ਦੇਖੋ ਗੂਗਲ ਬਾਬੇ ਦੀ ਹੈਲਪ ਦੇ ਨਾਲ, ਮੈਂ ਨਕਲਾਂ ਮਾਰ ਮਾਰ। ਵੈਸੇ ਜੀ ਇਹਨਾਂ ਨੂੰ ਮੌਜ ਆ ਬੱਚਿਆਂ ਨੂੰ ਅੱਜ ਕੱਲ੍ਹ ਦੇ, ਇਹਨੂੰ ਗੂਗਲ 'ਤੇ ਸਰਚ ਮਾਰੋ ਹਰ ਇੱਕ ਚੀਜ਼ ਬਣੀ ਬਣਾਈ ਮਿਲਦੀ ਆ। ਸਾਡੇ ਕੋਲ ਬੜਾ ਔਖਾ ਸੀਗਾ, ਕਦੇ ਕਿਹੜੀ ਕਿਤਾਬ ਖੋਲ੍ਹੋ ਕਦੇ ਕਿਹੜੀ ਕਿਤਾਬ ਖੋਲ੍ਹੋ, ਤਾਂ ਕਿਤੇ ਜਾ ਕੇ ਅਸਾਈਨਮੈਂਟਾਂ ਪੂਰੀਆਂ ਕਰਦੇ ਸੀ। ਪਿਆਜ਼ ਆਪਣੇ ਗਏ ਨੇ ਜੀ ਚੰਗੀ ਤਰ੍ਹਾਂ ਮੱਚ, ਇਹ ਆਪਾਂ ਦੇਖੀ ਨਹੀਂ ਜੇ, ਲਓ ਰੜ ਗਏ ਹੋਏ। ਲਓ ਜੀ ਹੁਣ ਆਪਾਂ ਇਹ 'ਚ ਪਾ ਦਈਏ ਹਲਦੀ, ਲੂਣ, ਮਿਰਚ, ਮਸਾਲਾ ਠੀਕ ਆ ਜੀ। ਕਿੰਨਾ ਕਹਿੰਦੇ ਜੀ ਭਰ ਕੇ ਬਣਾਉਣੇ ਆ? ਮੈਂ ਕਿਹਾ ਜੀ ਆਪਾਂ ਭਰ ਭੁਰ ਕੇ ਨਹੀਂ ਬਣਾ ਸਕਦੇ ਹੈਗੇ, ਬਹੁਤ ਟਾਈਮ ਲੱਗਦਾ ਉਹਨਾਂ ਨੂੰ, ਆਪਾਂ ਬਣਾ ਦੇ ਫਿਰ ਕੱਟ ਕੇ ਠੀਕ ਆ ਜੀ। ਹੁਣ ਆਪਾਂ ਇਹ 'ਚ ਲੂਣ ਮਿਰਚ ਪਾ ਦਈਏ, ਆਹ ਆਪਣੇ ਮਸਾਲੇ, ਆਹ ਪਿਆ ਜੀ ਧਨੀਆ ਪਾਊਡਰ, ਆਹ ਇੱਕ ਮਸਾਲਾ ਆਪਣਾ ਹੈਗਾ ਜੀ ਉਹਦਾ ਲਸਣ ਦਾ, ਇਹ ਹੈਗਾ ਆਪਣਾ ਜੀਰਾ, ਇਹ ਹੈਗੀ ਆਪਣੀ ਅਜਵੈਣ, ਇਹ ਹੈਗੀ ਮੇਥੀ, ਅਤੇ ਲੂਣ ਵਾਲੀ ਆਪਣੀ ਭਈ ਆ। ਸਾਰੇ ਮਸਾਲੇ ਪਾ ਕੇ ਬਸ ਆਪਾਂ ਬਣਾ ਰਹੇ ਹਾਂ ਫਿਰ, ਹਾਂਜੀ ਜੀ ਕੱਟ ਕੇ ਕਰੇਲੇ। ਕਰੇਲੇ ਵੈਸੇ ਕਹਿੰਦੇ ਵਧੀਆ ਹੁੰਦਾ ਜੀ ਖਾਣੇ ਖਾਣ ਲਈ, ਇਹਦੇ ਨਾਲ ਖੂਨ ਸਾਫ਼ ਹੁੰਦਾ। ਸਹਿਜਪ੍ਰੀਤ ਸਿੰਘ ਜੀ ਆਪਣੇ ਪਲੱਸ ਵਨ ਦੇ ਵਿੱਚ ਫੋਕਟ ਟੈਪ ਕਰਕੇ ਪਾਕ, ਇਹਨਾਂ ਰੱਖਿਆ ਮੈਡੀਕਲ, ਇਹ ਅੱਜ ਕੱਲ੍ਹ ਨਵੀਆਂ ਨਵੀਆਂ ਟਰਮਾਂ ਦੱਸਦੇ ਰਹਿੰਦੇ ਨੇ ਆਪਾਂ ਨੂੰ ਵੀ ਇਸ ਚੀਜ਼ ਦੇ ਖਾਣ ਨਾਲ ਆਹ ਹੁੰਦਾ ਜੀ, ਇਹਦੇ ਨਾਲ ਆਹ ਘਾਟ ਪੂਰੀ ਹੁੰਦੀ ਆ, ਠੀਕ ਹੈ ਜੀ। ਘਾਟਾਂ ਪੂਰੀਆਂ ਕਰਨ ਬੰਦਾ ਆਪਣਾ ਦੱਸੀ ਜਾਂਦਾ ਸਾਰਾ ਕੁਛ, ਉਹੀ ਆਪਾਂ ਬਣਾਈ ਜਾਂਦੇ ਰਹਿੰਦੇ ਹਾਂ। ਕੀ ਗੁੰਮ ਗਿਆ ਹੁਣ ਕੌਣ ਆ ਗਿਆ ਬਾਹਰ? ਨਹੀਂ ਨਹੀਂ ਲਓ ਜੀ ਬਾਹਰ ਕੋਈ ਆਇਆ, ਦੇਖਦੇ ਹਾਂ ਕੌਣ ਆਇਆ ਬਾਹਰ। ਮੌਸਮ ਵੈਸੇ ਬਹੁਤ ਵਧੀਆ ਹੋਇਆ, ਸ਼ਾਮ ਦਾ ਮੌਸਮ ਆ, ਠੰਡੀ ਠੰਡੀ ਚੱਲਦੀ ਆ ਹਵਾ, ਸਵੇਰੇ ਬਾਰਿਸ਼ ਹੋਈ ਸੀ। ਕੌਣ ਆ ਵੀ ਓਏ ਕੌਣ ਆ? ਲਓ ਜੀ ਇਹ ਆ ਨਹੀਂ ਸਾਡੇ ਅਮੋਲਪ੍ਰੀਤ ਸਿੰਘ ਜੀ, ਖੜਦਾ ਖੜਦਾ। ਲਓ ਜੀ ਇਹ ਸਾਡੇ ਅਨਮੋਲਪ੍ਰੀਤ ਸਿੰਘ ਜੀ ਆ ਗਏ, ਇਹਨੂੰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ, ਜਿੰਨੇ ਬਲੌਗ ਦੇਖੋਗੇ ਉਹਦੇ ਵਿੱਚ ਤੁਸੀਂ ਕਦੇ ਨਹੀਂ ਦੇਖੇ ਉਹਨਾਂ ਨੂੰ। ਇਹ ਪਰਸਨ ਸਾਡੇ ਰਹਿੰਦੇ ਆ ਜੀ ਉੱਧਰ ਸਾਡੇ ਬਾਹਰਲੇ ਘਰ, ਇਹ ਲਓ ਜੀ ਉਹ ਲਾ ਦਿੱਤੀ ਉਹਨੇ, ਇਹ ਨਵੀਂ ਚੀਜ਼ ਬਣਾ ਰਹੇ ਨੇ ਇਹ ਨਾ ਜ਼ਮੀਨ ਪੱਟ ਕੇ ਸਵਿਮਿੰਗ ਪੂਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇੱਕ ਇਹ ਲੱਗਿਆ ਹੋਇਆ ਅਮਨੋਲਪ੍ਰੀਤ ਸਿੰਘ ਜੀ, ਕਰੋ ਦੱਸ ਹੈਲੋ। ਹਾਂ ਦੇਖੋ ਜੀ ਆ ਇਹ ਸਾਡੇ ਕੀ ਕਹਿੰਦੇ ਨੇ ਪੱਕੇ ਉਹ ਨੇ, ਕੀ ਕਹਿੰਦੇ ਹੁੰਦੇ ਉਹ ਪੱਕੇ ਫੈਨ, ਮੂਸੇਵਾਲ ਦੇ ਫੈਨ ਲੋਕ, ਉਸ ਤਰ੍ਹਾਂ ਹੀ ਆਪਣੇ ਫੈਨ ਨੇ ਜੀ ਠੀਕ ਹੈ ਜੀ। ਉਹ ਯਾਰ ਆ ਤੜਕਾ ਮੱਚ ਗਿਆ, ਉਹ ਦੇਖ ਲਓ ਇਹਨੂੰ, ਉਹ ਘਟਾਇਆ ਨਹੀਂ ਗਾ ਯਾਰ ਤੇਰੀ ਵੀ। ਲਓ ਜੀ ਪਿਆਜ਼ਾਂ ਦਾ ਨਸ ਵੱਧ ਗਿਆ ਉਹ,
ਠੀਕ ਨਹੀਂ ਪਿਆ ਉਹ ਮੈਂ ਕੱਟ ਕਰਨੇ ਭੁੱਲ ਗਿਆ ਭਾਈ ਤੇ ਵਧੀਆ ਹੈ ਮੈਂ ਨਾ ਜੀ ਤਕਰੀਬਨ ਹੋਈ ਗਿਆ ਇਹਨੂੰ ਮੇਰੇ ਕੱਲ੍ਹ ਮਹੀਨਾ ਖੰਡ ਮਹੀਨੇ ਬਾਅਦ ਮੈਂ ਇਹ ਹਥਿਆਰ ਚੱਕੇ ਨੇ ਜੀ ਅਤੇ ਇਸ ਕਰਕੇ ਥੋੜ੍ਹਾ ਯਾਦ ਦਸ ਘੱਟ ਗਈ ਆ ਮੈਨੂੰ ਘਟਾ ਦਈਏ ਲਓ ਜੀ ਹੁਣ ਆਪਾਂ ਇਹ 'ਚ ਪਾਵਾਂਗੇ ਨੂਣ ਮਿਰਚ ਮਸਾਲਾ ਪਾ ਲਈਏ ਠੀਕ ਆ ਅਤੇ ਫਿਰ ਆਪਾਂ ਬਾਅਦ 'ਚ ਜਦੋਂ ਬਣ ਗਈ ਤੁਹਾਨੂੰ ਦਿਖਾਉਣੇ ਕਿੱਧਰ ਗਿਆ ਨੰਬਰ ਲਿਖ ਦਾਂਗੇ ਤੁਸੀਂ ਜਦੋਂ ਮਰਜ਼ੀ ਆਓ ਘੰਟੇ ਦੋ ਘੰਟੇ ਇਸ਼ਨਾਨ ਕਰਕੇ ਜਾਓ ਸਾਰੇ ਫ੍ਰੀ ਜੀ ਕਰਾਵਾਂਗੇ ਠੀਕ ਆ ਉਹ ਕੁੜੀ ਨੂੰ ਫੋਨ ਆ ਗਿਆ ਬੱਚੇ ਓਹੋ ਫੋਨ ਆ ਗਿਆ ਚਲੋ ਠੀਕ ਆ ਜੀ ਆਪਾਂ ਸਬਜ਼ੀ ਦੇਖ ਲਈਏ ਪਹਿਲਾਂ ਉਹ ਸਬਜ਼ੀ ਖਰਾਬ ਹੋ ਜਾਊਗਾ ਆਪਣੀ ਉਹਨੂੰ ਬਣਾਉਂਦੇ ਆਪਾਂ ਸਹੀ ਕਰਕੇ ਠੀਕ ਆ ਜੀ ਲਓ ਜੀ ਮਸਾਲੇ ਆਪਾਂ ਦਿੱਤੇ ਪਾਏ 'ਚ ਠੀਕ ਆ ਜੀ ਇਹ ਆਪਣੇ ਭੁੰਨੇ ਪਏ ਨੇ ਕਰੇਲੇ ਆਹ ਲਓ ਜੀ ਕਰੇਲੇ ਆਪਾਂ ਪਾ ਦਿੰਦੇ ਹਾਂ ਫਿਰ 'ਚ ਇਹਨਾਂ ਦੇ ਕੱਟ ਕੇ ਬਣਾਏ ਨੇ ਕਰੇਲੇ ਆਪਾਂ ਇਹ ਠੀਕ ਆ ਜੀ ਹੁਣ ਆਪਾਂ ਥੋੜ੍ਹੀ ਜਿਹੀ ਲਾਵਾਂਗੇ ਪਾ ਕੇ ਲਵਾ ਲਵਾਂਗੇ ਮਾੜੀ ਜਿਹੀ ਮਾਰ ਕੇ ਮਸਾਲੇ ਚੰਗੀ ਤਰ੍ਹਾਂ ਰਲ ਜਾਣਗੇ ਬੱਚੇ ਦੇ ਸਾਰੇ ਠੀਕ ਆ ਜੀ ਬਣਦੇ ਕਰੇਲੇ ਆਪਾਂ ਫਿਰ ਆਪਾਂ ਦੂਜਾ ਚੈਨਲ ਵੀ ਸਟਾਰਟ ਕਰੀਏ ਨਾ ਸਬਜ਼ੀਆਂ ਵਾਲਾ ਹੈ ਨਾ ਲਓ ਜੀ ਆਪਾਂ ਹੁਣ ਇਹ ਖਾਣ ਲਈ ਆਪਾਂ ਹੁਣ ਰੈਸਪੀ ਵਾਲਾ ਚੈਨਲ ਵੀ ਸ਼ੁਰੂ ਕਰਦੇ ਹਾਂ ਫਿਰ ਤੁਹਾਨੂੰ ਰੈਸਪੀਆਂ ਦਿਖਾ ਦਾਂਗੇ ਉਹ ਤਾਂ ਨਵੀਆਂ ਫਿਲਹਾਲ ਤੁਸੀਂ ਕਰੇਲੇ ਆਪਾਂ ਇੱਥੇ ਬਣਾ ਛੱਡੇ ਨੇ ਅੱਜ ਕਿਸੇ ਨੇ ਖਾਣੇ ਜੀ ਕਿਸੇ ਨੇ ਹੈ ਨਹੀਂ ਜੀ ਆਪਾਂ ਹੀ ਖਾਵਾਂਗੇ ਕਿਉਂਕਿ ਇਹਨਾਂ ਨੂੰ ਪਸੰਦ ਘੱਟ ਨੇ ਜੀ ਇਹ ਨਖਰੇ ਵੱਧ ਮਾਰਦੇ ਨੇ ਇਹ ਠੀਕ ਆ ਜੀ ਉਹਨੇ 'ਚ ਪਾਉਣੇ ਆਪਾਂ ਥੋੜ੍ਹਾ ਜਿਹਾ ਧਨੀਆ ਨਹੀਂ ਮੇਥੀ ਆਪਣੇ ਕੋਲ ਆ ਦੇਖੋ ਜੀ ਲਿਆਉਂਦੀ ਵੀ ਆ ਮੇਥੀ ਕਸਤੂਰੀ ਮੇਥੀ ਠੀਕ ਆ ਇਹ ਪਾਵਾਂਗੇ ਵਿੱਚ ਇਹਦੇ ਇਹਨੇ ਇਹਦਾ ਟੇਸਟ ਚੇਂਜ ਕਰ ਲੈਣਾ ਠੀਕ ਆ ਆਹ ਲਓ ਜੀ ਸ੍ਰੀ ਪ੍ਰਿੰਸਪ੍ਰੀਤ ਸਿੰਘ ਜੀ ਵੀ ਆ ਗਏ ਨੇ ਆਹ ਲਓ ਜੀ ਸਾਡੇ ਪ੍ਰਿੰਸਪ੍ਰੀਤ ਸਿੰਘ ਜੀ ਦੇ ਦਰਸ਼ਨ ਕਰੋ ਇਹ ਸਾਡਾ ਬੰਦਾ ਜਿਹੜਾ ਜੀ ਬਣਾਉਣ ਬਾਰੇ ਸੋਚ ਰਿਹਾ ਸਵਿਮਿੰਗ ਪੂਲ ਦੇ ਪੱਟ ਕੇ ਦੇਖੋ ਕਿਵੇਂ ਨਾਚ ਵੱਜਾ ਵਿਚਾਰਾ ਦੇ ਦੇ ਕਿਵੇਂ ਲਿਬੜੇ ਮੇਰੇ ਕਿੰਨਾ ਕੁ ਪੱਟ ਲਿਆ ਹੈ ਦੁਰਫੜ ਉੱਧਰ ਪਿਆ ਜੀ ਆਪਣੇ ਘਰ ਉੱਧਰ ਲਓ ਜੀ ਜਗ੍ਹਾ ਖਾਲੀ ਪੱਟ ਲਈ ਹੁਣ ਕਹਿੰਦੀ ਗੌਰਮੈਂਟ ਦੇ ਨਾਲ ਬਸ ਥੱਲੇ ਪਾਣੀ ਸਾਫ਼ ਕਰਕੇ ਫਿਰ ਉਹਨੂੰ ਪੱਕਾ ਕਰਕੇ ਪਾਣੀ ਪਾਉਣੀ ਹੈ ਲੱਗੇ ਹੋਏ ਨੇ ਮੁੰਡੇ ਹੁਣ ਆਪਣਾ ਵੀ ਉੱਧਰ ਰੈਡੀ ਹੋ ਗਿਆ ਸਮਾਨ ਸਾਰਾ ਹੀ ਬਣ ਗਈ ਆਪਣੀ ਸਬਜ਼ੀ ਕੀ ਕਿਹੜੇ ਸ਼ੋਅ ਦੀ ਗੱਲ ਕਰਦੇ ਹੋ ਕੋਈ ਸ਼ੋਅ ਕਿੱਥੇ ਕਰ ਰਹੇ ਨੇ ਜੀ ਇਹ ਪੜ੍ਹਨ ਕਹਿੰਦੀ ਘੱਟ ਧਿਆਨ ਇਹਨਾਂ ਦਾ ਸ਼ੋਅ ਬਸ ਫਾਲਤੂ ਦੀਆਂ ਗੱਲਾਂ 'ਚ ਧਿਆਨ ਕਿਹੜੇ ਸ਼ੋਅ ਦੀ ਗੱਲ ਕਰਦੇ ਕੁੜੀ ਤੂੰ ਤੂੰ ਵੀ ਕਿਹੜੇ ਕਿਤਾਬ ਨੂੰ ਚੱਕ ਲਿਆ ਕਰ ਕੋਈ ਕਿਵੇਂ ਦੇਖਿਆ ਜੁਟੇ ਪਏ ਨੇ ਕੰਮ 'ਚ ਵੀ ਛੇਤੀ ਛੇਤੀ ਕੰਮ ਖਤਮ ਕਰੀਏ ਫਿਰ ਕਿੱਥੇ ਜਾਣਾ ਮੈਂ ਕੰਮ ਖਤਮ ਕਰਕੇ ਨਾਨਕੇ ਨੂੰ ਹੈ ਮੈਂ ਨਾਨਕਾ ਜਾਣਾ ਵਾ ਆਖਰ ਦੇ ਆਖਰ ਕੀ ਤਾਰ ਤਾਂ ਛੁੱਟੀਆਂ ਨੇ ਗਾਉਣੀਆਂ ਕਿੰਨੀਆਂ ਨੇ ਟੋਟਲ ਤਰੀਆਂ ਕਾਕਾ ਇਹ 11 ਲਿਖਤੀਆਂ ਚਾਰ ਪੰਜ ਚਾਰ ਕੀ ਰਹੀਆਂ ਤੈਨੂੰ ਮੈਂ ਕਿਹਾ ਵੀ ਸਵੇਰੇ ਸ਼ਾਮ ਲਿਖ ਲਿਆ ਕਰ ਸਵੇਰੇ ਸ਼ਾਮ ਤਾਂ ਕਦੇ ਖਤਮ ਹੋ ਜਾਂਦੀ ਰਹੀਆਂ ਇਹ ਜਿਹੜੀਆਂ ਬਾਕੀ ਬਣਾਉਣੀਆਂ ਨੇ ਇਹ ਕੌਣ ਬਣਾਊਗਾ ਲੈ ਉਹ ਕਿਆ ਬਣਾਊਗੀ ਵਿਹਲੀ ਆ ਮਗਰਾ ਕੰਮ ਆਪ ਕਰਿਆ ਕਰ ਮੇਰੀ ਫੋਟੋ ਵਧੀਆ ਆਉਂਦੀ ਆ ਮਰੀਜ਼ ਸਾਡੇ ਮਰੀਜ਼ ਉਹ ਪਏ ਨੇ ਮਰੀਜ਼ ਕਿਹੜੇ ਜੀ ਬਿਮਾਰ ਆ ਜੀ ਲੈ ਆ ਇਹ ਫੋਟੋ ਖਿੱਚ ਖਿੱਚ ਕੇ ਇਹਨੂੰ ਵਧੀਆ ਐਪ ਲੱਭੀ ਆ ਜੀ ਫੋਟੋ ਖਿੱਚ ਖਿੱਚ ਅਪਲੋਡ ਕਰ ਦਿੰਦੀ ਆ ਉਹ ਇਹਦਾ ਆਨਸਰ ਦੇ ਦਿੰਦੀ ਆ ਲੈ ਆਰਾਮ ਨਾਲ ਲਿਖੀ ਜਾਂਦੀ ਬੈਡੀ ਇਹ ਫਾਇਦਾ ਕੀ ਹੋਇਆ ਆਪ ਕਰੋ ਉਹਦਾ ਇੰਸਟਾਗ੍ਰਾਮ ਵਾਲੇ ਨੇ ਇੱਕ ਐਪ ਦਿੱਤੀ ਹੈ ਨਵੀਂ ਉਹਦੇ ਵਿੱਚ ਪਤਾ ਨਹੀਂ ਕੀ ਆ ਅੱਛਾ ਸਨੈਪਚੈਟ 'ਤੇ ਇੱਕ ਨਵੀਂ ਉਹਨਾਂ ਨੇ ਲਾਈ ਆ ਉਹ ਇੱਕ ਇਸ ਤਰ੍ਹਾਂ ਦੀ ਆਪਸ਼ਨ ਹੈਗੀ ਆ ਵੀ ਉਹਦੇ ਵਿੱਚ ਤੁਸੀਂ ਕੁਛ ਵੀ ਆਨਸਰ ਪਾਓ ਕੁਐਸਚਨ ਪਾਓ
तो आंसर दे दी है वह नाल दी नाल ही। तो हम अजक साढ़े छोटे की यह कुड़ी छुट्टी साड़ी लगी भी है कम दी मैथ नहीं आता तो उत्थे आंसर सवाल लिख दें यह मैथ का क्वेश्चन लिख दी हल करके दिखाने जी तार लेंदी है ये तो नकल होगी ना। पर सहजप्रीत सिंह नहीं साड़ा कर रहा सहजप्रीत सिंह बस एक माड़ा हैंड ला लगा बाकी सारा कुछ अपने आप ही बना ना फिर चाहे डिटेल ना दसे चाहे ना दसे नकल तो होगी ना चाहे कुछ भी आ हिंट तो दिंदी है ना वो। हाँ जी मरीज जी करती गैस बंद मरीज कहते गैस बंद करती करती जी अभी हो गया की सोची जाना कका ये साढ़े जमे वेले बंदे बस ये बस खा लिया पी लिया बस इन्हों काम नहीं कोई इन्हों क्या पढ़ दो कहते की रखा पढ़ाई च सारी उम्र पढ़ी हाँ जी बीमार साढ़े वो साढ़े भलवान दो तीन चले गए जी स्विमिंग पूल की तैयारी कर लें पूरी पट के जाना इन खत्म कर देना कल नहा जाके चलो जी ओके बाय। लो जी आप जगह त्या जितने स्विमिंग पूल बनाया इन्होंने यहाँ देखो पट के टोआ काफ़ी डूंगा टोआ पट लेना है कई दिन की मेहनत कर रहे कदे पानी ना भर कदे किमें कर हूँ इन्होंने नमोल सिंह जी कहते हैं तरपाल लियावे इस तरपाल पूरी तरह बिछा के आले दुआले पूरा कवर करके पानी का भर लेना बस बन गया स्विमिंग पूल जी वैसे वधिया बनाया इन्होंने काफ़ी डूंगा पर रात बरात औखा आना डुग डुगी बच्चे बढ़ गया तो डिग पे फिर पूरी गर्मी गर्मी ऐश करनगे जी इत्थे नहाउणगे मार के पानी किधर कड्डा करोगे जिहड़ा कड्डा करो बच्चों हवा हवा आ गई नेरी नूरी आ गई मिट्टी पूए भी हल करो ना टुल्लू पंप लैके पानी कड्डा करो तरपाल तरपाल लिया पानी की भरनी है अपना प्लाट आ जी हम सहजप्रीत सिंह जी देखी डिग रहे काका अच्छा बच दीपा मानिया बदी हुई ने जी चलिए फिर कर लो अपना आ गई सब्जी लगी इधर ही जी वो बेलना लग जाए मैं कद्दू ला लग रहा है ना कद्दू आ कद्दू भिंडियाँ भिंडियाँ वो बड़ी लगियाँ वो तो मिर्च लगे ना बाहर हवा सोहनी चलती है ना करे मैं तो फसे बैठा चलिए फिर घर चलो जी हम तुम्हें स्विमिंग पूल दिखाता जी आप किमें बनाया इन्होंने तरपाल लिया नहीं होनी तरपाल लिया के छट के पानी का भर के ना लो जी सहजप्रीत सिंह जी बैठे ने कूलर की हवा के मूहरे ये पानी पुनी पाला काका वो काका पानी पुनी पाला वो देखो जी खास का झंडा साढ़े झूल का बुढ़ा तरण हवा वजिए लग रही ठंड ठंडी जी टंकी से बने महकप्रीत कौर फादर साहब ने गल्ला मार रही है आराम ने बैठे ने आ गई आ गई आ गई आ गई कर दी बंद एंड तुम्हें मेरी वीडियो किस तरह लगनी है जी मैं दस्यो जरूर कमेंट करके जरूर दस्या करो जी तो मेरे चैनल मम्मी ब्लॉगर को बहुत तो बहुत शेयर करो ठीक है जी तो लाइक सबसक्राइब चैनल जरूर कर लो जी धन्यवाद।